Yes, class 8th. Question number 2nd, exercise 3.2. Question number 2 de vich ਕੀ ਕਿਹਾ ਇੱਕ ਸਮ ਬਹੁਭੁਜ ਦੇ ਬਾਹਰੀ ਕੋਣ ਦਾ ਮਾਪ ਪਤਾ ਕਰੋ ਵੀ ਹਰੇਕ ਬਾਹਰੀ ਕੋਣ ਦਾ ਮਾਪ ਆਪਾਂ ਪਤਾ ਕਰਨਾ ਫਾਈਂਡ ਦਾ ਐਕਸਟੀਰੀਅਰ ਐਂਗਲ ਆਫ ਅ ਰੈਗੂਲਰ ਪੋਲੀਗਨ ਰੈਗੂਲਰ ਪੋਲੀਗਨ ਜਾਂ ਸਮ ਬਹੁਭੁਜ ਕੀ ਹੁੰਦੀ ਹੈ ਕਿ ਜਿਹੜੀ ਬਹੁਭੁਜ ਦੀਆਂ ਸਾਰੀਆਂ ਭੁਜਾਵਾਂ ਜਿਹੜੀਆਂ ਉਹ ਇਕੁਅਲ ਹੋਣ ਬਰਾਬਰ ਹੋਣ ਉਹਨੂੰ ਰੈਗੂਲਰ ਪੋਲੀਗਨ ਕਹਿੰਦੇ ਆ ਜਾਂ ਸਮ ਬਹੁਭੁਜ ਕਹਿੰਦੇ ਆ ਤਾਂ ਆਪਾਂ ਨੂੰ ਜਿਵੇਂ ਕਿ ਪਹਿਲੇ ਪਾਠ ਦੇ ਵਿੱਚ ਭੁਜਾਵਾਂ ਦੀ ਗਿਣਤੀ 9 ਦਿੱਤੀ ਵੀ ਆ ਨੰਬਰ ਆਫ ਸਾਈਡਸ ਆ ਜਿਹੜੀ ਹੈ 9 ਆ ਕਹਿਣ ਦਾ ਭਾਵ ਵੀ ਜਿਹੜੀ ਵੀ ਪੋਲੀਗਨ ਬਣਦੀ ਪਈ ਹੈ 9 ਭੁਜਾਵਾਂ ਵਾਲੀ ਉਹਦੀਆਂ ਸਾਰੀਆਂ ਭੁਜਾਵਾਂ ਮਤਲਬ ਕਿ 9 ਦੀਆਂ 9 ਭੁਜਾਵਾਂ ਇਕੁਅਲ ਆ ਤਾਂ ਜਿਵੇਂ ਕਿ ਪਹਿਲੇ ਸਮ ਦੇ ਵਿੱਚ ਹੀ ਆਪਾਂ ਕਰਕੇ ਆਏ ਹਾਂ ਕਿ ਬਾਹਰੀ ਕੋਣਾਂ ਦਾ ਜੋੜ ਕਿੰਨਾ ਹੁੰਦਾ ਸਮ ਆਫ ਐਕਸਟੀਰੀਅਰ ਐਂਗਲ ਸਮ ਆਫ ਐਕਸਟੀਰੀਅਰ ਐਂਗਲਸ ਆਫ ਅ ਪੋਲੀਗਨ ਕਿੰਨਾ ਹੁੰਦਾ ਆਪਾਂ ਕਰਕੇ ਆਏ ਹਾਂ ਪਿਛਲੇ ਸਮ ਵਿੱਚ ਹੀ 360 ਡਿਗਰੀ ਪੰਜਾਬੀ ਮੀਡੀਅਮ ਵਾਲੇ ਬੱਚੇ ਲਿਖ ਲੈਣਗੇ ਬਾਹਰੀ ਬਹੁਭੁਜ ਦੇ ਬਾਹਰੀ ਕੋਣਾਂ ਦਾ ਜੋੜ ਬਰਾਬਰ 360 ਡਿਗਰੀ ਹੁਣ ਜਦੋਂ ਆਪਾਂ ਹਰੇਕ ਐਂਗਲ ਕੱਢਣਾ ਬਹੁਭੁਜ ਦਾ ਹਰੇਕ ਕੋਣ ਦਾ ਮਾਪ ਕੱਢਣਾ ਤਾਂ ਆਪਾਂ ਕੀ ਕਰਾਂਗੇ 360 ਡਿਗਰੀ ਨੂੰ ਆਪਾਂ ਭਾਗ ਕਰ ਦਾਂਗੇ ਜਿੰਨੀ ਸਾਨੂੰ ਭੁਜਾਵਾਂ ਦੀ ਗਿਣਤੀ ਦਿੱਤੀ ਵੀ ਆ ਜਿਹੜੀ ਕਿ ਸਾਡੇ ਕੋਲ ਕਿੰਨੀ ਆ 9 ਤਾਂ ਜਦੋਂ ਅਸੀਂ ਇਹਨੂੰ ਭਾਗ ਕਰਾਂਗੇ ਤਾਂ 40 ਡਿਗਰੀ ਆ ਜਾਊਗਾ ਮਤਲਬ ਕਿ ਜੇ ਸਾਨੂੰ 9 ਭੁਜਾਵਾਂ ਦਿੱਤੀਆਂ ਹੋਣ ਤਾਂ ਹਰੇਕ ਬਾਹਰੀ ਕੋਣ ਦਾ ਮਾਪ ਕਿੰਨਾ ਹੋਊਗਾ 40 ਡਿਗਰੀ ਹੋਊਗਾ ਤਾਂ ਇੰਗਲਿਸ਼ ਮੀਡੀਅਮ ਵਾਲੇ ਬੱਚੇ ਲਿਖ ਲੈ ਇੱਥੇ ਲਿਖਣਗੇ ਮੈਜ਼ਰ ਆਫ ਈਚ ਕੋਣ ਈਚ ਐਂਗਲ ਮੈਜ਼ਰ ਆਫ ਈਚ ਐਂਗਲ ਇਜ਼ ਇਕੁਅਲ ਟੂ 40 ਡਿਗਰੀ ਤਾਂ ਚਾਹੇ ਤੁਹਾਨੂੰ ਜਿੰਨੀਆਂ ਮਰਜ਼ੀ ਭੁਜਾਵਾਂ ਦਿੱਤੀਆਂ ਹੋਣ ਅਤੇ ਬਾਹਰੀ ਕੋਣ ਦਾ ਮਾਪ ਪੁੱਛਿਆ ਹੋਵੇ ਰੈਗੂਲਰ ਪੋਲੀਗਨ ਦੀ ਜਾਂ ਸਮ ਬਹੁਭੁਜ ਦੇ ਤਾਂ ਤੁਸੀਂ ਕੀ ਕਰਨਾ 360 ਡਿਗਰੀ ਦੇ ਨਾਲ ਨੂੰ ਭਾਗ ਕਰ ਦੇਣਾ ਜਿੰਨੀਆਂ ਵੀ ਭੁਜਾਵਾਂ ਦੀ ਗਿਣਤੀ ਹੋਊਗੀ ਜਿਵੇਂ ਕਿ ਸੈਕਿੰਡ ਪਾਰਟ ਦੇ ਵਿੱਚ ਫਿਰ ਅਸੀਂ ਪਹਿਲਾਂ ਇਹੀ ਕੰਡੀਸ਼ਨ ਲਿਖਾਂਗੇ ਕਿ ਸਮ ਆਫ ਐਕਸਟੀਰੀਅਰ ਐਂਗਲ ਜਾਂ ਸਮ ਆਫ ਪਹਿਲਾਂ ਇਹ ਲਿਖਾਂਗੇ ਸਮ ਆਫ ਐਕਸਟੀਰੀਅਰ ਐਂਗਲਸ ਆਫ ਪੋਲੀਗਨ ਇਜ਼ ਇਕੁਅਲ ਟੂ 360 ਡਿਗਰੀ ਇਹ ਲਾਈਨ ਲਿਖ ਕੇ ਅਤੇ ਆਪਾਂ ਲਿਖਾਂਗੇ ਮੈਜ਼ਰ ਆਫ ਈਚ ਐਂਗਲ ਈਚ ਐਕਸਟੀਰੀਅਰ ਐਂਗਲ ਕਿਉਂਕਿ ਬਾਹਰੀ ਕੋਣ ਦੀ ਅਸੀਂ ਗੱਲ ਕੀਤੀ ਆ ਬਾਹਰੀ ਹਰੇਕ ਬਾਹਰੀ ਕੋਣ ਦਾ ਮਾਪ ਤਾਂ 360 ਡਿਗਰੀ ਤੁਸੀਂ ਯਾਦ ਹੀ ਰੱਖਣਾ ਅਤੇ ਜਿੰਨੀਆਂ ਭੁਜਾਵਾਂ ਦੀ ਗਿਣਤੀ ਤੁਹਾਨੂੰ ਦਿੱਤੀ ਵੀ ਆ ਉਹਦੇ ਨਾਲ ਜਦੋਂ ਤੁਸੀਂ ਭਾਗ ਕਰੋਗੇ 15 ਦਿੱਤੀ ਆ ਸਾਨੂੰ ਦੂਜੇ ਪਾਰਟ ਵਿੱਚ ਤਾਂ ਜਦੋਂ ਅਸੀਂ 360 ਡਿਗਰੀ ਨੂੰ 15 ਦੇ ਨਾਲ ਭਾਗ ਕਰਾਂਗੇ ਤਾਂ ਸਾਡਾ ਆਂਸਰ ਆ ਜਿਹੜਾ ਉਹ 24 ਆ ਜਾਊਗਾ 24 ਡਿਗਰੀ ਮਤਲਬ ਕਿ 24 ਡਿਗਰੀ ਹਰੇਕ ਬਾਹਰੀ ਕੋਣ ਦਾ ਮਾਪ ਹੋਊਗਾ ਜਿਹੜੀਆਂ ਪੋਲੀਗਨ ਦੀਆਂ ਜਾਂ ਬਹੁਭੁਜ ਦੀਆਂ 15 ਭੁਜਾਵਾਂ ਹੋਣਗੀਆਂ ਤਾਂ ਇਸ ਤਰ੍ਹਾਂ ਤੁਹਾਨੂੰ ਚਾਹੇ ਸਟੇਟਮੈਂਟ ਚੇਂਜ ਹੋ ਕੇ ਵੀ ਆ ਜਾਏ ਜੇ ਤੁਹਾਨੂੰ ਤਰੀਕਾ ਪਤਾ ਤਾਂ ਤੁਸੀਂ ਬਾਹਰੀ ਕੋਣ ਦਾ ਮਾਪ ਆ ਜਿਹੜਾ ਉਹ ਦੱਸ ਸਕਦੇ ਹਾਂ ਕੁਸਚਨ ਨੰਬਰ 3 ਦੀ ਸਟੇਟਮੈਂਟ ਵੇਖੋ ਕੀ ਆ ਇੱਕ ਸਮ ਬਹੁਭੁਜ ਦੀਆਂ ਕਿੰਨੀਆਂ ਭੁਜਾਵਾਂ ਹਨ ਜੇਕਰ ਬਾਹਰੀ ਕੋਣ ਦਾ ਮਾਪ 24 ਡਿਗਰੀ ਹੈ ਹਾਊ ਮੈਨੀ ਸਾਈਡਸ ਡਜ਼ ਏ ਰੈਗੂਲਰ ਪੋਲੀਗਨ ਹੈਜ਼ ਇਫ ਮੈਜ਼ਰ ਆਫ ਈਚ ਐਕਸਟੀਰੀਅਰ ਐਂਗਲ ਇਜ਼ 24 ਡਿਗਰੀ ਦੂਸਰੇ ਸਵਾਲ ਦੇ ਵਿੱਚ ਸਾਨੂੰ ਕੀ ਦਿੱਤਾ ਗਿਆ ਸੀਗਾ ਉਹਦੇ ਵਿੱਚ ਸਾਨੂੰ ਨੰਬਰ ਆਫ ਸਾਈਡਸ ਦਿੱਤੀਆਂ ਹੋਈਆਂ ਸੀ ਭੁਜਾਵਾਂ ਦੀ ਗਿਣਤੀ ਦਿੱਤੀ ਸੀ ਅਤੇ ਆਪਾਂ ਕੱਢਣਾ ਸੀ ਹਰੇਕ ਬਾਹਰੀ ਕੋਣ ਐਕਸਟੀਰੀਅਰ ਐਂਗਲ ਦਾ ਮਾਪ ਹੁਣ ਸਾਨੂੰ ਉਲਟ ਦੇ ਤਾ ਹੁਣ ਸਾਨੂੰ ਐਕਸਟੀਰੀਅਰ ਐਂਗਲ ਦਾ ਮਾਪ ਦੇ ਤਾ ਕਿ 24 ਡਿਗਰੀ ਆ
ਤੇ ਹੁਣ ਸਾਨੂੰ ਇਹ ਪੁੱਛਿਆ ਵੀ 24 ਡਿਗਰੀ ਐਕਸਟੀਰੀਅਰ ਐਂਗਲ ਵਾਲੀ ਪੋਲੀਗਨ ਆ ਜਿਹੜੀ ਰੈਗੂਲਰ ਪੋਲੀਗਨ ਆ ਉਹਦੀਆਂ ਭੁਜਾਵਾਂ ਕਿੰਨੀਆਂ ਹੋਣਗੀਆਂ। ਤਾਂ ਜਿਵੇਂ ਉਦੋਂ ਅਸੀਂ 360 ਡਿਗਰੀ ਨੂੰ ਨੰਬਰ ਆਫ ਸਾਈਡਸ ਨਾਲ ਭੁਜਾਵਾਂ ਦੀ ਗਿਣਤੀ ਨਾਲ ਭਾਗ ਕਰਤਾ ਸੀ ਤਾਂ ਸਾਡੇ ਕੋਲ ਆ ਗਿਆ ਸੀ ਬਾਹਰੀ ਕੋਣ ਦਾ ਮਾਪ। ਹੁਣ ਅਸੀਂ 360 ਡਿਗਰੀ ਨੂੰ ਭਾਗ ਕਰ ਦਾਂਗੇ ਬਾਹਰੀ ਕੋਣ ਦੇ ਨਾਲ, ਯਾਨੀ ਕਿ 24 ਡਿਗਰੀ ਨਾਲ, ਤਾਂ ਹੁਣ ਸਾਡੇ ਕੋਲ ਭੁਜਾਵਾਂ ਦੀ ਗਿਣਤੀ ਆ ਜੂਗੀ। ਮਤਲਬ ਕਿ ਦੂਜੇ ਸਵਾਲ ਦਾ ਉਲਟ ਹੋ ਗਿਆ ਇਹ ਤੀਜਾ ਸਵਾਲ। ਤਾਂ ਪਹਿਲਾਂ ਅਸੀਂ ਲਿਖ ਲਾਂਗੇ ਬਾਹਰੀ ਕੋਣਾਂ ਦਾ ਮਾਪ। ਇੱਥੇ ਮੈਂ ਬਾਹਰੀ ਕੋਣਾਂ ਦਾ ਮਾਪ ਵਾਰ ਵਾਰ ਉਹੀ ਗੱਲ, ਆਪਾਂ ਨੂੰ ਤੁਹਾਨੂੰ ਤਾਂ ਪੇਪਰ 'ਚ ਇੱਕ ਸਵਾਲ ਆਉਣਾ, ਤੁਸੀਂ ਲਿਖ ਦੇਣਾ ਕਿ ਬਹੁਭੁਜ ਦੇ ਜਾਂ ਸਮ ਬਹੁਭੁਜ ਦੇ ਬਾਹਰੀ ਕੋਣਾਂ ਦਾ ਮਾਪ ਬਰਾਬਰ 360 ਡਿਗਰੀ। ਅਤੇ ਮੈਂ ਤੁਹਾਨੂੰ ਸਿਰਫ ਬਾਹਰੀ ਕੋਣਾਂ ਦਾ ਮਾਪ ਹੀ ਲਿਖਤਾ, ਬਟ ਅਕੋਰਡਿੰਗ ਟੂ ਕੁਸਚਨ ਅੰਡਰਸਟੂਡ ਹੀ ਆ ਕਿ ਅਸੀਂ ਬਹੁਭੁਜ ਦੀ ਗੱਲ ਕਰਦੇ ਪਏ ਹਾਂ, ਸਮ ਬਹੁਭੁਜ ਦੀ। ਤਾਂ ਮੈਜ਼ਰ ਆਫ ਐਕਸਟੀਰੀਅਰ ਐਂਗਲਸ ਆਫ ਰੈਗੂਲਰ ਪੋਲੀਗਨ ਇਜ ਇਕੁਅਲ ਟੂ 360 ਡਿਗਰੀ। ਤੁਸੀਂ ਦੋ ਦੋ ਵਾਰ ਨਹੀਂ ਲਿਖਣਾ, ਇੰਗਲਿਸ਼ ਵਾਲੇ ਬੱਚੇ ਇੰਗਲਿਸ਼ ਮੀਡੀਅਮ ਵਿੱਚ ਲਿਖਣਗੇ, ਪੰਜਾਬੀ ਮੀਡੀਅਮ ਵਾਲੇ ਪੰਜਾਬੀ ਮੀਡੀਅਮ 'ਚ। ਅਤੇ ਹੁਣ ਸਾਨੂੰ ਹਰੇਕ ਕੋਣ ਦਾ ਮਾਪ, ਹਰੇਕ ਕੋਣ ਦਾ ਮਾਪ ਜਾਂ ਮੈਜ਼ਰ ਆਫ ਈਚ ਐਂਗਲ, ਈਚ ਐਕਸਟੀਰੀਅਰ ਐਂਗਲ, ਬਾਹਰੀ ਦਾ ਕੋਣ ਦਾ ਮਾਪ ਦਿੱਤਾ ਵਿਆ ਤਾਂ ਕਰਕੇ ਲਿਖਿਆ। ਤੁਸੀਂ ਇੱਥੇ ਲਿਖ ਸਕਦੇ ਹਾਂ ਹਰੇਕ ਬਾਹਰੀ ਕੋਣ ਦਾ ਮਾਪ, ਬਾਹਰੀ ਕੋਣ ਦਾ ਮਾਪ ਸਾਨੂੰ ਦਿੱਤਾ ਵਿਆ 24 ਡਿਗਰੀ। ਹੁਣ ਆਪਾਂ ਕੱਢਣਾ ਕੀ ਆ, ਭੁਜਾਵਾਂ ਦੀ ਗਿਣਤੀ ਕੱਢਣੀ ਆ, ਨੰਬਰ ਆਫ ਸਾਈਡਸ ਜਾਂ ਭੁਜਾਵਾਂ ਦੀ ਸੰਖਿਆ ਜਾਂ ਗਿਣਤੀ। ਤਾਂ 360 ਨੂੰ ਅਸੀਂ ਭਾਗ ਕਰ ਦੇਣਾ 24 ਡਿਗਰੀ ਨਾਲ। ਤਾਂ ਜਦੋਂ ਤੁਸੀਂ ਇਹਨੂੰ ਭਾਗ ਕਰੋਗੇ ਤਾਂ ਸਾਡੇ ਕੋਲ 15 ਆਜੂ। ਹੁਣ 15 ਦੇ ਉੱਤੇ ਡਿਗਰੀ ਨਹੀਂ ਪਾਉਣਾ ਕਿਉਂਕਿ ਹੁਣ ਅਸੀਂ ਗਿਣਤੀ ਦੱਸੀ ਆ। ਤਾਂ ਇਹਦਾ ਮਤਲਬ ਜੇ ਹਰੇਕ ਕੋਣ ਦਾ ਮਾਪ 24 ਡਿਗਰੀ ਹੋਊਗਾ ਤਾਂ ਭੁਜਾਵਾਂ ਦੀ ਗਿਣਤੀ ਉਸ ਰੈਗੂਲਰ ਪੋਲੀਗਨ ਦੀ ਕਿੰਨੀ ਹੋਊਗੀ, 15। ਠੀਕ ਹੈ, ਤਾਂ ਇਹ ਤੁਹਾਡਾ ਹੋ ਗਿਆ ਕੁਸਚਨ ਨੰਬਰ 3। ਹੁਣ ਆਪਾਂ ਕਰਨ ਲੱਗੇ ਹਾਂ ਕੁਸਚਨ ਨੰਬਰ 4, ਐਕਸਰਸਾਈਜ਼ 3.2। ਹਾਊ ਮੈਨੀ ਸਾਈਡਸ ਡਜ਼ ਏ ਰੈਗੂਲਰ ਪੋਲੀਗਨ ਹੈਵ ਇਫ ਈਚ ਆਫ ਇਟਸ ਇੰਟੀਰੀਅਰ ਐਂਗਲ ਇਜ 165 ਡਿਗਰੀ। ਇੱਕ ਸਮ ਬਹੁਭੁਜ ਦੀਆਂ ਭੁਜਾਵਾਂ ਦੀ ਸੰਖਿਆ ਪਤਾ ਕਰੋ ਜੇਕਰ ਇਸਦਾ ਹਰੇਕ ਅੰਦਰਲਾ ਕੋਣ 165 ਡਿਗਰੀ ਦਾ ਹੋਵੇ। ਤਾਂ ਇਹ ਜਿਹੜੇ ਸਵਾਲ ਆ ਬੇਟਾ ਬਹੁਤ ਹੀ ਪੇਸ਼ੈਂਸ ਨਾਲ, ਸਬਰ ਦੇ ਨਾਲ ਕਰਨ ਵਾਲੇ ਆ, ਅਤੇ ਥੋੜ੍ਹਾ ਜਿਹਾ ਚੀਜ਼ਾਂ ਯਾਦ ਰੱਖਣੀਆਂ ਬਸ ਤੁਸੀਂ ਇਸ ਜਿਹੜੀ ਚੈਪਟਰ ਆ ਇਹਦੇ ਵਿੱਚ। ਇੱਕ ਜਿਹੜੀ ਗੱਲ ਆਪਾਂ ਇਹ ਯਾਦ ਰੱਖਣੀ ਸੀ ਕਿ ਜਿਹੜੇ ਬਹੁਭੁਜ ਹੁੰਦੀ ਆ, ਸਮ ਬਹੁਭੁਜ ਹੁੰਦੀ ਆ ਜਾਂ ਰੈਗੂਲਰ ਪੋਲੀਗਨ ਹੁੰਦੀ ਆ, ਉਹਦੇ ਬਾਹਰੀ ਕੋਣਾਂ ਦਾ ਜੋੜ 360 ਡਿਗਰੀ ਹੁੰਦਾ। ਦੂਜੀ ਗੱਲ ਇਹ ਸੀ ਵੀ ਜੇ ਸਾਡੇ ਤੋਂ ਭੁਜਾਵਾਂ ਦੀ ਗਿਣਤੀ ਦਿੱਤੀ ਵੀ ਆ ਤਾਂ ਅਸੀਂ 360 ਡਿਗਰੀ ਨੂੰ ਬਾਹਰੀ ਕੋਣ ਦੇ ਮਾਪ ਦੇ ਨਾਲ ਭਾਗ ਕਰ ਦੇਣਾ। ਅਤੇ ਜੇ ਸਾਡੇ ਤੋਂ ਪੁੱਛੀ ਗਈ ਹੈਗੀ ਕੋਣ ਦਾ ਮਾਪ ਪੁੱਛਿਆ ਗਿਆ, ਬਾਹਰੀ ਕੋਣ ਦਾ ਮਾਪ ਪੁੱਛਿਆ ਗਿਆ, ਤਾਂ ਅਸੀਂ 360 ਡਿਗਰੀ ਨੂੰ ਨੰਬਰ ਆਫ ਸਾਈਡਸ ਦੇ ਨਾਲ ਭੁਜਾਵਾਂ ਦੀ ਗਿਣਤੀ ਦੇ ਨਾਲ ਭਾਗ ਕਰ ਦੇਣਾ। ਹੁਣ ਇਹ ਚੌਥਾ ਹੀ ਸਵਾਲ ਆ, ਅਤੇ ਚੌਥੀ ਹੀ ਕਿਸਮ ਆ ਗਈ ਸਵਾਲ ਦੀ ਕਿ ਹੁਣ ਸਾਨੂੰ ਅੰਦਰੂਨੀ ਕੋਣ ਦੇਤਾ ਇੱਕ ਰੈਗੂਲਰ ਪੋਲੀਗਨ ਦਾ 165 ਡਿਗਰੀ। ਠੀਕ ਹੈ, ਅਤੇ ਸਾਡੇ ਤੋਂ ਪੁੱਛੀ ਕੀ ਆ ਭੁਜਾਵਾਂ ਦੀ ਸੰਖਿਆ, ਤਾਂ ਭੁਜਾਵਾਂ ਦੀ ਸੰਖਿਆ ਪਤਾ ਕਰਨ ਦੇ ਲਈ ਸਾਨੂੰ ਬਾਹਰੀ ਕੋਣ ਦਾ ਮਾਪ ਪਤਾ ਹੋਣਾ ਜ਼ਰੂਰੀ ਆ। ਅਤੇ ਬਾਹਰੀ ਕੋਣ ਦਾ ਮਾਪ ਪਹਿਲੇ ਪਾਰਟ ਦੇ ਵਿੱਚ ਹੀ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਕਿਵੇਂ ਕੱਢਣਾ ਹੁੰਦਾ। ਪਹਿਲੇ ਕੁਸਚਨ ਦੇ ਬੀ ਪਾਰਟ ਦੇ ਵਿੱਚ ਹੀ ਤੁਹਾਨੂੰ ਅੰਦਰੂਨੀ ਕੋਣ ਦਿੱਤਾ ਸੀ ਆਪਾਂ, 180 ਦੇ ਵਿੱਚੋਂ ਘਟਾਓ ਕਰਕੇ ਬਾਹਰੀ ਕੋਣ ਪਤਾ ਕਰ ਲਿਆ ਸੀ। ਤਾਂ ਹੁਣ ਸਾਨੂੰ ਅੰਦਰੂਨੀ ਕੋਣ ਦਾ ਮਾਪ, ਅੰਦਰੂਨੀ ਕੋਣ ਦਾ ਮਾਪ ਆ ਜਿਹੜਾ ਉਹ 165 ਡਿਗਰੀ ਦਿੱਤਾ। ਇੰਟੀਰੀਅਰ ਐਂਗਲ, ਇੰਗਲਿਸ਼ ਵਾਲੇ ਬੱਚੇ ਲਿਖਣਗੇ ਇੰਟੀਰੀਅਰ ਐਂਗਲ ਕਿੰਨਾ ਦਿੱਤਾ ਵਿਆ ਆਪਾਂ ਨੂੰ, 165 ਡਿਗਰੀ। ਤਾਂ ਹੁਣ ਇਹਦੇ ਤੋਂ ਆਪਾਂ ਬਾਹਰੀ ਕੋਣ ਦਾ ਮਾਪ ਪਤਾ ਕਰ ਲਾਂਗੇ।
हरेक अंदरूनी कोण आ जिहड़ा वह 165 डिग्री का, तो हुण हरेक ही बाहरी कोण आपां पता लग जू, हरेक इत्थे भी तुसी हरेक पा सकदे आ, हरेक अंदरूनी कोण का माप, हरेक बाहरी कोण का माप, एक्सटीरियर एंगल इज इक्वल टू, तां जिवें कि तुहानू दस्सिया 180 डिग्री दे विच्चों आपां 165 डिग्री जदों माइनस करांगे तां साडे कोले एक्सटीरियर एंगल आ जिहड़ा उह 15 डिग्री आ जाऊगा। तां हुण भुजावां दी गिणती पता करनी रहि गई, नंबर ऑफ साइड्स भुजावां दी गिणती या संख्या कुछ भी लिख सकते हैं तुसी, 360 डिग्री नूं 15 डिग्री दे नाल आपां जो भाग करांगे तां आजूगा 24। तां भुजावां दी संख्या किन्नी होगी, 24 होगी जदों सानूं अंदरूनी कोण आ जिहड़ा 165 डिग्री दित्ता होगा। ठीक है, तो ये भी ईजी साम आ, थोड़े जे जिहड़े अपने कॉन्सैप्ट आ तुसी उन्हां नूं क्लीयर करोगे तो यह साम आ जिहड़े बहुत ईजीली तुसी सॉल्व कर लोगे। थैंक यू बेटा।